ਰਾਤੇ ਅੰਗਰੇਜ਼ ਗਏ ਹੈ, ਬੇਰੁਜ਼ਗਾਰੀ ਅਤੇ ਗਰੀਬੀ ਇੰਨੀ ਵਧੀ ਹੋਈ ਹੈ, ਜਿੱਥੋਂ ਇਹ ਗੰਗਾ ਜਾਂਦੀ ਹੈ ਉਹ ਸਾਰੀ ਗੰਦਗੀ ਉੱਥੇ ਪਾਉਂਦੇ ਹੈ। ਫਿਰ ਗਊ ਮਾਤਾ ਹਿੰਦੂਆਂ ਦੀ ਮਾਤਾ, ਹੁਣ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਜਿੱਥੇ ਗਊ ਮਾਤਾ ਪਲਾਸਟਿਕ ਦੇ ਲਿਫਾਫਿਆਂ ਦੇ ਉੱਤੇ ਖਾ ਕੇ ਰੱਜ ਰਹੀਆਂ ਹੈਗੀਆਂ। ਪਾਰਲੀਮੈਂਟ ਸੀਟ ਸੰਗਰੂਰ, ਤੇ ਸੰਗਰੂਰ ਦੀ ਚੋਣ ਬੜੀ ਦਿਲਚਸਪ ਹੈ, ਕਿਉਂਕਿ ਸੰਗਰੂਰ ਉਹ ਸੀਟ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਰਿਹਾ, ਪਰ ਪਿਛਲੀ ਵਾਰ ਸਿਮਰਨਜੀਤ ਸਿੰਘ ਮਾਨ ਇਸੇ ਸੀਟ ਤੋਂ ਮੈਂਬਰ ਪਾਰਲੀਮੈਂਟ ਬਣਦੇ ਨੇ। ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ, ਵੱਖ ਵੱਖ ਪਿੰਡਾਂ ਦਾ ਦੌਰਾ ਕਰ ਰਹੇ ਨੇ, ਆਪਣਾ ਚੋਣ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ, ਇੱਕ ਲੰਬੇ ਕਾਫਲੇ ਦੇ ਨਾਲ ਵੱਖ ਵੱਖ ਪਿੰਡਾਂ ਦੇ ਵਿੱਚ ਪਹੁੰਚ ਰਹੇ ਨੇ ਸਿਮਰਨਜੀਤ ਸਿੰਘ ਮਾਨ ਹੋਰੀ। ਤਾਂ ਮਾਨ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਆ। ਮਾਨ ਸਾਹਿਬ, ਇੱਕ ਲੰਬਾ ਕਾਫਲਾ ਲੈ ਕੇ ਚੱਲਦੇ ਹੋ, ਪਰ ਇੱਕ ਜਿਹੜੀ ਚੀਜ਼ ਮੈਂ ਪੁੱਛਣੀ ਚਾਹੂੰਗਾ ਤੁਹਾਡੇ ਨਾਲ, ਸਾਰੇ ਮੈਂ ਨੌਜਵਾਨ ਮੁੰਡੇ ਦੇਖਦਾ, ਇਹ ਬਾਬੇ ਦੇ ਨਾਲ ਇੰਨੇ ਮੁੰਡੇ ਕਿਵੇਂ ਲੱਗੇ ਹੋਏ ਆ? ਪਤਾ ਨੀ, ਮੈਂ ਇਹਨਾਂ ਦੇ ਵਿੱਚੋਂ ਹੀ ਹੈ, ਤਾਂ ਹੀ ਹੈ, ਮੇਰੇ ਨਾਲ ਚੱਲਦੇ ਆ ਸਾਰੇ। ਤੁਹਾਨੂੰ ਕੀ ਲੱਗਦਾ ਤੁਹਾਡੀਆਂ ਕਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਹਨਾਂ ਨੌਜਵਾਨਾਂ ਨੂੰ ਤੁਹਾਡੇ ਨਾਲ ਖਾਸ ਤੌਰ ਤੇ ਜੋੜਦੀਆਂ ਨੇ? ਇਹ ਆਜ਼ਾਦੀ ਤੇ ਫਰੀਡਮ ਤੇ ਖਾਲਿਸਤਾਨ, ਇਹ ਸਾਰੀਆਂ ਚੀਜ਼ਾਂ ਜੋੜਦੀਆਂ ਨਾਲ। ਹੁਣ ਲੋਕ ਹਿੰਦੁੱਤਵ ਤੋਂ ਅੱਕ ਗਏ ਹੈ, ਹੁਣ ਸਾਫ਼ ਹੋ ਗਿਆ ਕਿ ਮੋਦੀ ਸ਼ਾਹ ਜੈਸ਼ੰਕਰ ਨੇ, ਸਿਕਿਉਰਿਟੀ ਐਡਵਾਈਜ਼ਰ ਨੇ ਬਾਹਰ ਕੈਨੇਡਾ ਦੇ ਵਿੱਚ, ਬਰਤਾਨੀਆ ਦੇ ਵਿੱਚ, ਪਾਕਿਸਤਾਨ, ਹਰਿਆਣਾ, ਪੰਜਾਬ ਦੇ ਵਿੱਚ ਸਿੱਖਾਂ ਨੂੰ ਮਰਵਾਇਆ ਹੈਗਾ, ਤੇ ਕੈਨੇਡਾ ਨੇ ਅੱਜ 3 ਬੰਦੇ ਮੁਲਜ਼ਮ ਫੜਦੇ ਹੈ ਜਿਨ੍ਹਾਂ ਦੇ ਰਾਹੀਂ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰੋ ਨੇ ਉਹ ਸਿੱਖ ਬਾਹਰ ਵੱਸਦੇ ਜਾਨੋਂ ਮਰਵਾ ਤੇ ਸੀਗੇ। ਮਤਲਬ ਤੁਸੀਂ ਵੱਖ ਵੱਖ ਪਿੰਡਾਂ ਦੇ ਵਿੱਚ ਜਦੋਂ ਜਾ ਰਹੇ ਹੋ, ਕਿਸ ਤਰ੍ਹਾਂ ਦੀ ਸਥਿਤੀ ਤੁਹਾਨੂੰ ਲੱਗਦੀ ਹੈ, ਕਿਸ ਤਰ੍ਹਾਂ ਦੇ ਸਿਆਸੀ ਹਾਲਾਤ ਤੁਸੀਂ ਦੇਖਦੇ ਹੋ, ਕਿਉਂਕਿ ਤੁਹਾਡਾ ਇੱਕ ਲੰਬਾ ਸਿਆਸੀ ਤਜਰਬਾ ਹੋ ਗਿਆ ਜੀ? ਹਾਂ, ਦੇਖ ਲਓ, ਤੁਹਾਡੇ ਸਾਹਮਣੇ ਹੀ ਹੈ ਇਹ ਸਾਰੇ। ਇਹ ਨੌਜਵਾਨ ਇਹ ਚਾਹੁੰਦੇ ਆ ਕਿ ਆਜ਼ਾਦੀ ਚਾਹੁੰਦੇ ਹੈ, ਨਵੀਂ ਗੱਲ ਚਾਹੁੰਦੇ ਹੈ। ਜਿਹੜੀਆਂ ਗੱਪਾਂ ਮੋਦੀ ਸਾਹਿਬ ਨੇ ਮਾਰੀਆਂ ਕਿ ਘਰ ਘਰ ਅਸੀਂ ਨੌਕਰੀ ਦੇਵਾਂਗੇ, ਆਮ ਪਾਰਟੀ ਨੇ ਕਿਹਾ ਕਿ ਹਰੇਕ ਬੀਬੀ ਦੇ ਘਰ ਦੇ ਵਿੱਚ 1000 ਰੁਪਈਆ ਚੜ੍ਹਦੇ ਮਹੀਨੇ ਨੂੰ ਆ ਜਾਊਗਾ, ਇਹ ਸਾਰੀਆਂ ਗੱਪਾਂ ਤੋਂ, ਝੂਠਾਂ ਤੋਂ ਲੋਕ ਸਤਾਏ ਪਏ ਹੈ। ਐਤਕੀ ਤੁਸੀਂ ਹੈਰਾਨ ਹੋਵੋਗੇ ਕਿ ਬੀਜੇਪੀ ਦੀ ਗੌਰਮੈਂਟ ਨਹੀਂ ਆ ਸਕਦੀ, ਕਿਉਂ ਕਰਕੇ ਮੋਦੀ ਸਾਹਿਬ ਦੇ ਮੁਕਾਬਲੇ ਦਾ ਬੰਦਾ ਉਹਨਾਂ ਦੇ ਨਾਲ ਪ੍ਰਚਾਰ ਕਰਨ ਨੂੰ ਹੈ ਹੀ ਨਹੀਂ। ਸਿਰਫ ਮੋਦੀ ਸਾਹਿਬ ਕਰ ਰਹੇ ਹੈ, ਅਤੇ ਮੋਦੀ ਸਾਹਿਬ ਦੇ ਕੋਲ ਕੋਈ ਵੀ ਮੁੱਦਾ ਨਹੀਂ ਹੈ ਸਿਵਾਏ ਲੋਕਾਂ ਨੂੰ ਗਾਲਾਂ ਕੱਢਣ ਦਾ। ਮਾਨ ਸਾਹਿਬ, ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ, ਕੀ ਲੱਗਦਾ ਮੁੱਖ ਮੁੱਦੇ ਕੀ ਹੋਣੇ ਚਾਹੀਦੇ ਨੇ ਪਾਰਲੀਮੈਂਟ ਚੋਣਾਂ ਦੇ ਵਿੱਚ ਮੁੱਖ ਤੌਰ ਤੇ, ਕਿਉਂਕਿ ਨੌਜਵਾਨਾਂ ਦੀ ਗੱਲ ਹੁੰਦੀ ਹੈ, ਕਿਸਾਨ ਦੀ ਗੱਲ ਹੁੰਦੀ ਹੈ, ਤੁਹਾਨੂੰ ਕੀ ਲੱਗਦਾ ਕਿਹੜੇ ਮੁੱਖ ਮੁੱਦੇ ਨੇ? ਗਰੀਬੀ ਦਾ, ਬੇਰੁਜ਼ਗਾਰੀ ਦਾ ਮੁੱਖ ਮੁੱਦਾ ਅੱਜ ਦੇ ਦਿਨ ਦੇ ਵਿੱਚ, ਜਿਹੜਾ ਜੇ ਇਸ ਨੂੰ ਨਾ ਆਪਾਂ ਹੱਲ ਕਰ ਸਕੇ, ਜਿਹੜਾ ਵੀ ਅਗਲੀ ਪਾਰਲੀਮੈਂਟ ਜਿੱਤੂਗਾ ਉਹ ਵੀ ਮਾਰਿਆ ਜਾਊਗਾ, ਕਿਉਂ ਕਰਕੇ ਜਿਹੜੇ ਦੋ ਮੁੱਦੇ ਹੈ, ਆਟਾ, ਦਾਲ, ਇਸ ਸਰਕਾਰ ਪੰਜਾਬ ਦੀ ਨੇ ਸਾਰੇ ਰਾਸ਼ਨ ਕਾਰਡ ਜਿਹੜੇ ਕਣਕ ਦੇ ਸੀਗੇ ਬੀਬੀਆਂ ਦੇ ਕੱਟਤੇ ਆ। ਸੋ ਮੇਰਾ ਮਤਲਬ ਹੈ, ਗਰੀਬੀ ਇੰਨੀ ਜ਼ਿਆਦਾ ਹੋ ਗਈ ਹੈ।
ਅੰਗਰੇਜ਼ਾਂ ਦੇ ਵੇਲੇ ਨੌਕਰੀਆਂ ਸਾਰਿਆਂ ਨੂੰ ਮਿਲਦੀਆਂ ਸੀਗੀਆਂ। ਇੱਕ ਆਦਮੀ ਦੇ ਦੋ ਪੁੱਤ ਹੁੰਦੇ ਸੀਗੇ, ਇੱਕ ਖੇਤੀ ਕਰਦਾ ਸੀ, ਇੱਕ ਫੌਜ ਜਾਂਦਾ ਸੀ ਜਾਂ ਪੁਲਿਸ ਦੇ ਵਿੱਚ ਜਾਂਦਾ ਸੀਗਾ। ਬੇਰੁਜ਼ਗਾਰੀ ਹੈ ਨਹੀਂ ਸੀਗੀ, ਪਰ ਜਦ ਦੇ ਅੰਗਰੇਜ਼ ਗਏ ਹੈ ਬੇਰੁਜ਼ਗਾਰੀ ਅਤੇ ਗਰੀਬੀ ਇੰਨੀ ਵਧੀ ਹੋਈ ਹੈ ਕਿ ਤੁਸੀਂ ਆਪ ਦੇਖ ਲਓ, ਤੁਸੀਂ ਤਾਂ ਜਾਂਦੇ ਨਹੀਂ ਲੋਕਾਂ ਦੇ ਘਰਾਂ ਦੇ ਵਿੱਚ। ਮੈਂ ਤਾਂ ਇੱਕ ਇੱਕ ਬੰਦੇ ਨੂੰ ਟੋਹਦਾ ਹਾਂ, ਬੀਬੀਆਂ ਨੂੰ ਟੋਹਦਾ ਹਾਂ, ਦੇਖਦਾ ਹਾਂ। ਗਰੀਬੀ ਉੱਤੋਂ ਦੀ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਰਹੀ ਹੈ ਅਤੇ ਥੱਲੇ ਨੂੰ ਡੇਗ ਰਹੀ ਹੈ। ਤੁਹਾਡੇ ਕਹਿਣ ਦਾ ਭਾਵ ਆ ਕਿ ਅੰਗਰੇਜ਼ ਰਾਜ ਦੇ ਨਾਲੋਂ ਵੀ ਅਸੀਂ ਪਿੱਛੇ ਜਾ ਰਹੇ ਹਾਂ, ਅੰਗਰੇਜ਼ ਰਾਜ ਬਿਹਤਰ ਸਮਝਦੇ ਹੋ ਤੁਸੀਂ? ਬਹੁਤ। ਦੇਖੋ, ਉਹਨਾਂ ਦੇ ਵੇਲੇ ਗੰਗਾ ਸਾਫ਼ ਸੀ, ਹਿੰਦੂਆਂ ਦਾ ਪਵਿੱਤਰ ਦਰਿਆ ਹੈ ਗੰਗਾ। ਹੁਣ ਸਾਰੀ ਗੰਦਗੀ, ਸਾਰੇ ਸ਼ਹਿਰ ਜਿੱਥੋਂ ਇਹ ਗੰਗਾ ਜਾਂਦੀ ਹੈ ਉਹ ਸਾਰੀ ਗੰਦਗੀ ਉੱਥੇ ਪਾਉਂਦੇ ਹੈ। ਫਿਰ ਗਊ ਮਾਤਾ ਹਿੰਦੂਆਂ ਦੀ ਮਾਤਾ, ਹੁਣ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਜਿੱਥੇ ਗਊ ਮਾਤਾ ਪਲਾਸਟਿਕ ਦੇ ਲਿਫਾਫਿਆਂ ਦੇ ਉੱਤੇ ਖਾ ਕੇ ਰੱਜ ਰਹੀਆਂ ਹੈਗੀਆਂ। ਮੇਰਾ ਮਤਲਬ ਇਹਨਾਂ ਨੇ ਨਾ ਆਪਣਾ ਦੇਸ਼ ਸਾਂਭ ਸਕੇ ਹੈ, ਨਾ ਆਪਣਾ ਧਰਮ ਸਾਂਭ ਸਕੇ ਹੈ। ਅਤੇ ਹੁਣ ਮੋਦੀ ਸਾਹਿਬ ਕਹਿੰਦੇ ਆ ਜੇ ਅਸੀਂ ਜਿੱਤ ਗਏ ਇੰਡੀਆ ਦਾ ਨਾਂ ਅਸੀਂ ਭਾਰਤ ਰੱਖ ਦੇਣਾ। ਮੇਰਾ ਮਤਲਬ ਹਿੰਦੂ ਰਾਸ਼ਟਰ ਬਣਾ ਦੇਣਾ, ਬਣਾਉਣ ਜੋ ਮਰਜ਼ੀ, ਪਰ ਫੌਜ ਨੂੰ ਨਹੀਂ ਸਾਂਭ ਸਕਦੇ। ਚੀਨ ਨੇ ਕਿੰਨਾ ਹਿੱਸਾ ਹੜੱਪ ਕਰ ਲਿਆ ਅਤੇ ਜਿਹੜਾ 4 ਸਾਲ ਦਾ ਸਿਪਾਹੀ ਭਰਤੀ ਕਰਨਾ ਹੈ ਉਹ ਕਿਵੇਂ ਸਾਰੇ ਦਾਅ ਪੇਚ ਸਕੂਗਾ? ਉਹਨੂੰ ਪਹਾੜਾਂ ਦੇ ਦਾਅ ਆਉਣੇ ਚਾਹੀਦੇ ਹੈ, ਉਹਨਾਂ ਨੂੰ ਜੰਗਲਾਂ ਦੇ ਦਾਅ ਆਉਣੇ ਚਾਹੀਦੇ ਹੈ, ਉਹਨਾਂ ਨੂੰ ਇਹ ਰੇਤਲੇ ਲੜਾਈ ਦਾ ਪਤਾ ਹੋਣਾ ਚਾਹੀਦਾ, ਉਹਨਾਂ ਨੂੰ ਸ਼ਹਿਰਾਂ ਦੀ ਲੜਾਈ ਦਾ ਪਤਾ ਹੋਣਾ ਚਾਹੀਦਾ, ਟੈਕਨੋਲੋਜੀ ਦਾ ਪਤਾ ਹੋਣਾ ਚਾਹੀਦਾ। ਫੌਜ ਦਾ ਇਹਨਾਂ ਨੇ ਪੱਠਾ ਬਿਠਾ ਦਿੱਤਾ ਹੈਗਾ, ਕਿਉਂ ਕਰਕੇ ਇਹਨਾਂ ਨੇ ਕਦੇ ਰਾਜ ਆਪਣੀ ਰਾਜ ਹਿੰਦੂ ਨੇ ਕਦੇ ਕੀਤਾ ਹੀ ਨਹੀਂ ਸਵਾਏ ਅਯੋਧਿਆ ਦੇ ਵਿੱਚ। ਮਾਨ ਸਾਹਿਬ, ਤੁਹਾਡੇ ਕੋਲ ਰੋਡ ਮੈਪ ਕੀ ਹੈ ਜੇ ਤੁਹਾਨੂੰ ਲੱਗਦਾ ਕਿ ਦੇਸ਼ ਨੂੰ ਇਸ ਤਰ੍ਹਾਂ ਅੱਗੇ ਲਿਜਾਇਆ ਜਾ ਸਕਦਾ, ਕੀ ਤੁਸੀਂ ਰੋਡ ਮੈਪ ਲੈ ਕੇ ਚੱਲ ਰਹੇ ਹੋ? ਬਿਲਕੁਲ, ਰੋਡ ਮੈਪ ਸਾਡੇ ਕੋਲ ਹੈਗਾ ਕਿ ਕਿਵੇਂ ਚੱਲ ਸਕਦਾ ਦੇਸ਼। ਪਰ ਇਹ ਜਿਹੜੇ ਲੋਕਾਂ ਦੀਆਂ ਮਸੀਤਾਂ ਤੋੜ ਦੇਣੀਆਂ, ਲੋਕਾਂ ਦੇ ਈਸਾਈਆਂ ਨੂੰ ਮਾਰ ਦੇਣਾ, ਆਦਿਵਾਸੀਆਂ ਨੂੰ ਮਾਰ ਦੇਣਾ, ਮਣੀਪੁਰ 'ਚ ਈਸਾਈਆਂ ਨੂੰ ਮਾਰ ਦੇਣਾ, ਸਿੱਖਾਂ ਨੂੰ ਬਾਹਰ ਦੇ ਮੁਲਕਾਂ 'ਚ ਮਰਵਾ ਦੇਣਾ, ਮੇਰਾ ਮਤਲਬ ਇਹ ਕੋਈ ਗੌਰਮੈਂਟ ਦੀ ਪੋਲਿਸੀ ਨਹੀਂ ਹੋ ਸਕਦੀ ਜਿਹੜੀ ਬੀਜੇਪੀ ਅਤੇ ਆਰਐਸਐਸ ਅਤੇ ਮੋਦੀ ਦੀ ਹੈਗੀ ਹੈ। ਨੈਗੇਟਿਵ ਪੋਲਿਸੀ ਹੈ, ਅਸਾਰੂ ਨਹੀਂ ਹੈ। ਤੁਹਾਨੂੰ ਲੱਗਦਾ ਹੈ ਕਿ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ? ਤੁਹਾਨੂੰ ਲੱਗਦਾ ਹੈ ਕਿ ਧਰਮ ਦੇ ਮੁੱਦੇ ਤੇ ਸਿਆਸਤ ਨੂੰ ਅਵਾਇਡ ਕਰਨਾ ਚਾਹੀਦਾ? ਸਿਆਸਤ ਧਰਮ ਦੇ ਥੱਲੇ ਹੋਣੀ ਚਾਹੀਦੀ ਹੈ। ਧਰਮ ਦਾ ਮਤਲਬ ਹੈ ਮੋਰੈਲਿਟੀ, ਇਖਲਾਕ। ਐ ਨਹੀਂ ਕਿ ਰਾਮ ਚੰਦਰ ਜੀ ਜਾਂ ਫਲਾਣ ਸੀ ਜੀ, ਇਖਲਾਕ ਦੇ ਥੱਲੇ, ਇਨਸਾਫ ਦੇ ਥੱਲੇ ਸਿਆਸਤ ਹੋਣੀ ਚਾਹੀਦੀ ਹੈ। ਉਹ ਧਰਮ ਹੈ, ਦਇਆ ਧਰਮ ਹੈ। ਮਾਨ ਸਾਹਿਬ, ਸੰਗਰੂਰ ਦੇ ਹਾਲਾਤ ਕਿਵੇਂ ਦੇਖਦੇ ਹੋ ਤੁਸੀਂ? ਪਹਿਲਾਂ ਵੀ ਲੋਕਾਂ ਨੇ ਤੁਹਾਨੂੰ ਇੱਥੋਂ ਜਿਤਾ ਕੇ ਭੇਜਿਆ ਸੀ, ਹੁਣ ਫਿਰ ਤੋਂ ਤੁਸੀਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਹੋ, ਕੀ ਦੇਖਦੇ ਹੋ ਇਸ ਵੇਲੇ ਮੌਜੂਦਾ ਹਾਲਾਤ ਕੀ ਨੇ, ਔਰ ਸਾਹਮਣੇ ਕਿਹਨੂੰ ਦੇਖਦੇ ਹੋ? ਕਿਉਂਕਿ ਇੱਕ ਪਾਸੇ ਜਿੱਦਾਂ ਪਹਿਲਾਂ ਗੱਲ ਕੀਤੀ ਆਮ ਆਦਮੀ ਪਾਰਟੀ ਦੇ ਗੜ੍ਹ ਦੇ ਤੌਰ ਤੇ ਦੇਖਿਆ ਜਾਂਦਾ, ਔਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਹੁਣੀ ਚੋਣ ਮੈਦਾਨ ਦੇ ਵਿੱਚ ਨੇ, ਜਿਹੜੇ ਤੁਹਾਡੇ ਨਾਲ ਮੰਚ ਵੀ ਕਈ ਵਾਰੀ ਸਾਂਝਾ ਕਰਦੇ ਰਹੇ ਨੇ। ਦੇਖੋ ਬਰਾੜ ਸਾਹਿਬ, ਇਹਨਾਂ ਨੂੰ ਗੱਲ ਜਿਹੜੀ ਮੈਂ ਕਰਦਾ ਗਰੀਬੀ ਦੀ ਨਹੀਂ ਕਰਦੇ, ਜਿਹੜੇ ਸਿੱਖਾਂ ਨੂੰ ਕੈਨੇਡਾ
ਪਾਕਿਸਤਾਨ, ਬਰਤਾਨੀਆ, ਹਰਿਆਣੇ ਅਤੇ ਪੰਜਾਬ ਦੇ ਵਿੱਚ ਸੈਂਟਰ ਨੇ ਏਜੰਸੀਆਂ ਤੋਂ ਮਰਵਾਤਾ ਹੈ, ਪੰਨੂ ਨੂੰ ਕੋਸ਼ਿਸ਼ ਕੀਤੀ ਹੈ ਅਮੈਰੀਕਾ ਦੇ ਵਿੱਚ ਮਰਾਉਣ ਦੀ। ਇਹ ਗੱਲ ਤਾਂ ਕੋਈ ਕਰਦਾ ਹੀ ਨਹੀਂ ਇਹਨਾਂ ਦੇ ਵਿੱਚੋਂ। ਜਦਕਿ ਜਦੋਂ ਪਾਰਲੀਮੈਂਟ ਪਿੱਛੇ ਲੱਗੀ ਸੀਗੀ, ਮੈਂ ਸੋਨੀਆ ਜੀ ਦੇ ਨਾਲ ਜਾ ਕੇ ਬੈਠ ਕੇ ਆਇਆ ਸੀ। ਮੈਂ ਕਿਹਾ ਸੀ ਜਿਹੜੇ ਸਿੱਖਾਂ ਦੇ ਕਤਲ ਸਰਕਾਰ ਕਰਵਾ ਰਹੀ ਹੈ, ਤੁਸੀਂ ਇਹਦੇ ਬਾਰੇ ਕੁਛ ਬੋਲ ਸਕਦੇ ਹੋ? ਉਹ ਕਹਿੰਦੇ ਅਸੀਂ ਬੋਲਾਂਗੇ ਜ਼ਰੂਰ, ਪਰ ਉਸ ਤੋਂ ਬਾਅਦ ਚੁੱਪ ਵੱਟ ਲਈ। ਮੇਰਾ ਮਤਲਬ ਹੈ ਹਕੂਮਤ ਦੇ ਖਿਲਾਫ ਕੋਈ ਵੀ ਪਾਰਟੀ ਬੋਲਣਾ ਨਹੀਂ ਚਾਹੁੰਦੀ, ਬੀਜੇਪੀ, ਆਰਐਸਐਸ ਦੇ, ਨਾ ਸੁਪਰੀਮ ਕੋਰਟ ਸੈਂਟਰ ਦੇ ਸਰਕਾਰ ਦੇ ਫੈਸਲੇ ਦੇ ਵਿਰੁੱਧ ਚੱਲਦੀ ਹੈ। ਜਿਵੇਂ ਰਾਮ ਮੰਦਿਰ ਹੈ, ਜੰਮੂ ਐਂਡ ਕਸ਼ਮੀਰ ਦਾ 370 ਦਾ ਮਸਲਾ ਹੈਗਾ, ਕੇਜਰੀਵਾਲ ਦੀ ਬੇਲ ਦਾ ਮਤਲਬ ਹੈ, ਇਹ ਜਿਹੜੇ ਵੱਡੇ ਮਸਲੇ ਗਵਰਨਮੈਂਟ ਆਫ ਇੰਡੀਆ ਨੇ ਇੱਕ ਪ੍ਰੈਸਟੀਜ ਬਣਾਇਆ ਹੋਇਆ, ਉਹਦੇ ਥੱਲੇ ਸੁਪਰੀਮ ਕੋਰਟ ਵੀ ਬੈਠੀ ਪਈ ਹੈ। ਮਨ ਸਾਹਿਬ ਇੱਕ ਚੀਜ਼ ਸਮਝਣੀ ਚਾਹੂੰਗਾ, ਤੁਸੀਂ ਪਹਿਲਾਂ ਵੀ ਸੰਸਦ ਦੇ ਵਿੱਚ ਗਏ, ਤੁਸੀਂ ਉਸ ਵੇਲੇ ਵੀ ਗਏ ਜਦੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਤੁਹਾਡੇ ਨਾਮ ਤੇ ਹੋਇਆ, ਤੁਸੀਂ ਇੱਕ ਵਾਰੀ ਫਿਰ ਉੱਥੇ ਜਾਣ ਦੇ ਲਈ ਚੋਣ ਲੜ ਰਹੇ ਹੋ, ਤੁਹਾਡੇ ਵੱਲੋਂ ਤੁਸੀਂ ਇਕੱਲੇ ਉੱਥੇ ਪਹੁੰਚੇ, ਤਾਂ ਕੀ ਐਸੀ ਸਥਿਤੀ ਤੁਸੀਂ ਦੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕੱਲੇ ਜਾਣੇ ਉੱਥੇ ਬੈਠ ਕੇ ਤੁਸੀਂ ਸਾਰਿਆਂ ਦੀ ਗੱਲ ਕਰ ਸਕਦੇ ਹੋ, ਜਾਂ ਫਿਰ ਸਰਕਾਰ ਤੇ ਦਬਾਅ ਬਣਾ ਕੇ ਤੁਸੀਂ ਮੰਗਾਂ ਜਿਹੜੀਆਂ ਉਹ ਮਨਵਾ ਸਕਦੇ ਹੋ? ਮੈਂ ਇਕੱਲਾ ਜਦੋਂ ਬੋਲਦਾ, ਮੇਰੇ ਕੋਲ ਸਾਰੇ ਕਾਂਗਰਸ ਦੇ MPs ਆਉਂਦੇ ਆ, ਉਹ ਕਹਿੰਦੇ ਆ ਕਿ ਤੁਸੀਂ ਸਾਡਾ ਟਾਈਮ ਲੈ ਲਓ ਪਰ ਬੋਲੋ ਜ਼ਰੂਰ। ਅੰਗਰੇਜ਼ੀ 'ਚ ਬੋਲਣਾ ਅਤੇ ਦਲੀਲ ਦੇ ਨਾਲ ਬੋਲਣਾ ਸਾਡੇ ਪੰਜਾਬ ਅਤੇ ਸਿੱਖਾਂ ਦੇ ਲਈ ਬਹੁਤ ਜ਼ਰੂਰੀ ਹੈ, ਅਤੇ ਉਹ ਸਿਰਫ ਤੁਸੀਂ ਕਰ ਸਕਦੇ ਹੋ। ਇਸ ਕਰਕੇ ਮੈਂ ਇਕੱਲਾ ਨਹੀਂ ਹੁੰਦਾ, ਸਾਰੇ ਪੰਜਾਬ ਦੇ MP ਮੇਰੇ ਨਾਲ ਹੁੰਦੇ ਆ। ਪੰਜਾਬ ਦੇ ਯਾਨੀ ਤੁਹਾਡੇ ਕਹਿਣ ਦਾ ਭਾਵ ਆ ਕਿ ਕਾਂਗਰਸੀ ਸਾਂਸਦ ਵੀ ਤੁਹਾਡੇ ਨਾਲ ਸਟੈਂਡ ਕਰਦੇ? ਫਿਰ ਬਿਲਕੁਲ ਖੜਦੇ ਆ ਉੱਥੇ, ਔਰ ਸ਼ਾਬਾਸ਼ ਦਿੰਦੇ ਆ ਕਿ ਕੋਈ ਨਾ ਕੋਈ ਸਾਡੇ ਮੁੱਦਿਆਂ ਤੇ ਬੋਲ ਰਿਹਾ ਜਿਹੜਾ ਅਸੀਂ ਪਾਰਟੀ ਆਪਣੀ ਕਰਕੇ ਨਹੀਂ ਬੋਲ ਸਕਦੇ, ਤੇ ਮੈਨੂੰ ਅੱਗੇ ਕਰਦੇ ਆ ਕਿ ਬੋਲੋ। ਮਨ ਸਾਹਿਬ ਅਕਾਲੀ ਦਲ ਵੀ ਤੁਹਾਡੇ ਸਾਹਮਣੇ ਚੋਣ ਮੈਦਾਨ ਦੇ ਵਿੱਚ ਨਿਤਰਦਾ, ਉਧਰ ਅੰਮ੍ਰਿਤਪਾਲ ਹੋਣੀ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ, ਉਹਨਾਂ ਦੇ ਸਾਹਮਣੇ ਵੀ ਵਿਰਸਾ ਸਿੰਘ ਬਟੋਆ ਨੇ। ਕੋਈ ਨੀ, ਫਿਰ ਇਹ ਕੋਈ ਨਾ ਕੋਈ ਤਾਂ ਵਿਰੋਧ ਕਰਦਾ ਹੀ ਹੁੰਦਾ ਹਰੇਕ ਦਾ, ਪਰ ਮੇਰਾ ਮਤਲਬ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਹੀ ਰਹਿ ਗਈ ਹੈ, ਅਕਾਲੀਆਂ ਦੀ ਪਾਰਟੀ ਜਿਹੜੀ ਕਹਿੰਦੀ ਹੈ ਮੈਂ ਮਰਾਂ ਪੰਥ ਜਿਉਂ, ਇਹ ਲੋਕ ਦੂਜੇ ਕਹਿੰਦੇ ਪੰਥ ਮਰੇ ਅਤੇ ਮੈਂ ਜਿਉਂ। ਸੋ ਪੰਥ ਦਾ ਜਿਹੜਾ ਮੋਟੋ ਹੈ ਉਹ ਸਿਰਫ ਅਕਾਲੀ ਦਲ ਅੰਮ੍ਰਿਤਸਰ ਕੋਲ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਸਾਨੂੰ ਕਰ ਦਿੱਤੀ ਹੈ, ਮੈਂ ਮਰਾਂ ਪੰਥ ਜਿਉਂ। ਤਾਂ ਸਿਮਰਜੀਤ ਸਿੰਘ ਮਾਨ ਹੋਰੀ ਕਹਿੰਦੇ ਨੇ ਕਿ ਅਕਾਲੀ ਦਲ ਦੀ ਸੋਚ ਲੈ ਕੇ ਚੱਲਿਆ, ਔਰ ਸਾਫ਼ ਤੌਰ ਤੇ ਕਹਿੰਦੇ ਨੇ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਇਕੱਲਾ ਵੀ ਬੋਲਦਾ ਤਾਂ ਸਾਰੇ ਆ ਕੇ ਨਾਲ ਖੜਦੇ ਨੇ, ਨਾਲ ਡਟਦੇ ਨੇ ਕਿ ਤੁਸੀਂ ਪੰਜਾਬ ਦੀ ਆਵਾਜ਼ ਰੱਖੋ। ਤਾਂ ਇਸ ਵਾਰ ਲੋਕ ਕਿਸ ਦੇ ਹੱਕ ਦੇ ਫਤਵਾ ਦੇਣਗੇ, ਕਿਉਂਕਿ ਮੌਜੂਦਾ ਸੰਸਦ ਨੇ ਸਿਮਰਜੀਤ ਸਿੰਘ ਮਾਨ ਹੋਣੀ ਸੰਗਰੂਰ ਤੋਂ, ਪਰ ਕੀ ਦੁਬਾਰਾ ਫਤਵਾ ਇਹਨਾਂ ਦੇ ਹੱਕ 'ਚ ਆਉਂਦਾ, ਜਾਂ ਫਿਰ ਚੁਣੌਤੀਆਂ ਨੇ, ਅਨੇਕਾਂ ਚੁਣੌਤੀਆਂ ਇਹਨਾਂ ਦੇ ਸਾਹਮਣੇ ਬਣੀਆਂ ਹੋਈਆਂ ਨੇ, ਸਮਾਂ ਦੱਸੇਗਾ। ਪਰ ਫਿਲਹਾਲ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ, ਸਿਮਰਜੀਤ ਸਿੰਘ ਮਾਨ ਹੋਣੀ ਸੰਗਰੂਰ ਦੇ ਵੱਖ ਵੱਖ ਪਿੰਡਾਂ 'ਚ ਪਹੁੰਚ ਰਹੇ ਨੇ ਤੇ ਲੋਕਾਂ ਦੇ ਨਾਲ ਮਿਲ ਰਹੇ ਨੇ। ਕੈਮਰਾਮੈਨ ਸਹਿਯੋਗੀ ਰਜਿੰਦਰ ਕੁਮਾਰ ਤੇ ਮੈਨੂੰ ਨਪਿੰਦਰ ਸਿੰਘ ਬਰਾਨੀ ਤੋਂ ਇਜਾਜ਼ਤ, ਧੰਨਵਾਦ।